ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ, ਨਵੇਂ ਮਕਾਨ ਜਦੋਂ ਬਣਾਉਂਦੇ ਆਪਾਂ, ਨਵਾਂ ਘਰ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਉਸ ਦਾ ਪ੍ਰੋਪਰ ਜਿਹੜਾ ਪਹਿਲਾਂ ਗੁਣੀਆਂ ਨਿਕਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਤਾਂ ਹੀ ਫਿਰ ਸਾਰੇ ਜਿਹੜੇ ਜਿੰਨੇ ਵੀ ਰੂਮ ਆਪਾਂ ਬਣਾਉਂਦੇ ਹਾਂ ਸਾਰੇ ਇੱਕੋ ਜਿਹੇ ਚੌਰਸ ਅਤੇ ਵਧੀਆ ਬਣਦੇ ਆ, ਦੇਖਣ 'ਚ ਵੀ ਵਧੀਆ ਲੱਗਦੇ ਆ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਗੁਣੀਆਂ ਜਿਹੜਾ ਉਹ ਕੱਢਣ ਬਾਰੇ ਗੱਲ ਕੀਤੀ ਆ, ਵੀ ਗੁਣੀਆਂ ਜਿਹੜਾ ਉਹ ਬਿਲਡਿੰਗ ਦਾ ਕਿਸ ਤਰ੍ਹਾਂ ਨਿਕਾਲਦੇ ਆ ਸ਼ੁਰੂ ਕਰਨ ਤੋਂ ਪਹਿਲਾਂ। ਅਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ, ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਓਕੇ, ਸ਼ੁਰੂ ਕਰਦੇ ਹਾਂ ਵੀਡੀਓ ਜੀ। ਓਕੇ ਹਾਂਜੀ, ਇਹ ਜੀ ਹੁਣ ਅਸੀਂ ਆਪਾਂ ਨੋਟਬੁੱਕ ਦੇ ਉੱਪਰ ਆ ਗਏ ਹਾਂ। ਇਹ ਜਿੰਨਾ ਵੀ ਐਂਗਲ ਬਣਿਆ ਹੋਇਆ ਸਾਰਾ ਮੈਂ ਪਹਿਲਾਂ ਹੀ ਬਣਾ ਲਿਆ ਸੀ ਤਾਂ ਕਿ ਸਮਝਾਉਣ ਦੇ ਵਿੱਚ ਬਾਅਦ 'ਚ ਕੋਈ ਮੁਸ਼ਕਲ ਨਾ ਆਵੇ। ਸੋ ਇਹ ਤੁਸੀਂ ਦੇਖ ਰਹੇ ਹੋ ਜੀ, ਸਾਰਾ ਐਂਗਲ ਜਿਹੜਾ ਮੈਂ ਬਣਾ ਚੁੱਕਾ ਨੋਟਬੁੱਕ ਦੇ ਉੱਪਰ। ਅਤੇ ਇਸ ਦੇ ਬਾਰੇ ਅੱਜ ਆਪਾਂ ਦੱਸਾਂਗੇ ਜੀ ਗੁਣੀਆਂ ਕਿਸ ਤਰ੍ਹਾਂ ਨਿਕਾਲਦੇ ਹਾਂ। ਇਹ ਗੁਣੀਆਂ ਦੇ ਵਿੱਚ ਮੈਂ ਨਿਸ਼ਾਨ ਵੀ ਲਗਾਏ ਹੋਏ ਆ ਸਾਰੇ ਕਿਸ ਤਰ੍ਹਾਂ ਕਿ ਨਿਕਲਣਾ ਹੈ ਗੁਣੀਆਂ ਸਾਰਾ। ਸੋ ਇਸ ਦੇ ਬਾਰੇ ਸਮਝਾਉਂਦੇ ਹਾਂ ਜੀ ਅਤੇ ਸ਼ੁਰੂ ਕਰਦੇ ਹਾਂ। ਇਹ ਜੋ ਤੁਸੀਂ ਤੀਰ ਦਾ ਨਿਸ਼ਾਨ ਦੇਖ ਰਹੇ ਹੋ ਲੱਗੇ ਹੋਏ, ਸੋ ਇਹ ਕੋਰਨਰ ਤੋਂ ਲੈ ਕੇ ਇਸ 4 ਫਿੱਟ ਇਸ ਕੋਰਨਰ ਤੋਂ ਲੈ ਕੇ ਇਹ ਤੀਰ ਦਾ ਨਿਸ਼ਾਨ ਜੋ ਲੱਗਾ ਹੋਇਆ ਦੇਖ ਰਹੇ ਹੋ, ਇਹ 4 ਫਿੱਟ ਦਾ ਨਿਸ਼ਾਨ ਲੱਗਾ ਹੋਇਆ ਹੈ। ਇਹ ਪ੍ਰੋਪਰ ਅਸੀਂ ਪਹਿਲਾਂ ਹੀ ਨਿਸ਼ਾਨ ਸਾਰਾ ਲਗਾ ਚੁੱਕੇ ਹਾਂ ਔਰ ਇਹ 3 ਫਿੱਟ ਦਾ ਨਿਸ਼ਾਨ ਲਗਾਇਆ ਹੋਇਆ ਜੀ। ਠੀਕ ਆ ਜੀ, ਔਰ ਇਸ ਦੀ ਜਿਹੜੀ ਅੰਦਰਲੀ ਵਿਚਲੀ ਦੂਰੀ ਆ 4 ਤੋਂ 3 ਦੇ ਵਿਚਲੀ ਦੂਰੀ ਇਹ 5 ਫਿੱਟ ਆਉਣੀ ਚਾਹੀਦੀ ਆ। ਠੀਕ ਆ ਜੀ, ਸੋ ਇਸੇ ਤਰੀਕੇ ਨਾਲ ਇਹ 12 ਫਿੱਟ ਦਾ ਨਿਸ਼ਾਨ ਜਿਹੜਾ ਲਗਾਇਆ ਹੋਇਆ, 12 ਫਿੱਟ ਲੱਗਾ ਦੇਖ ਰਹੇ ਤੁਸੀਂ ਵੀਡੀਓ ਦੇ ਵਿੱਚ, ਔਰ ਇਹ ਜਿਹੜਾ 9 ਫਿੱਟ ਦਾ ਨਿਸ਼ਾਨ ਇਸੇ ਤੀਰ ਦੇ ਹਿਸਾਬ ਦੇ ਨਾਲ ਸਿੱਧਾ ਦੇਖੋ ਇਹ ਲੱਗਾ ਹੋਇਆ 9 ਫਿੱਟ ਦਾ ਨਿਸ਼ਾਨ। ਇਸ ਦੀ ਜਿਹੜੀ ਮਿੰਤੀ ਹੈ ਇਸ ਕੋਰਨਰ ਤੋਂ ਲੈਣੀ ਆਪਾਂ, ਜਿੱਧਰ ਆਪਾਂ ਤੀਰ ਦਾ ਨਿਸ਼ਾਨ ਸ਼ੁਰੂ ਕੀਤਾ ਇਸ ਕੋਰਨਰ ਤੋਂ ਲੈ ਕੇ 9 ਫਿੱਟ ਅਤੇ ਉਹ 12 ਫਿੱਟ, ਅਤੇ ਇਸ ਦੀ ਜਿਹੜੀ ਅੰਦਰ ਵਾਲੀ ਦੂਰੀ ਆ ਉਹ 15 ਫੁੱਟ ਆਉਣੀ ਚਾਹੀਦੀ ਆ। ਤਾਂ ਹੀ ਜਿਹੜਾ ਗੁਣੀਆ ਜਿਹੜਾ ਬਿਲਕੁਲ ਸਹੀ ਹੋ ਜਾਏਗਾ ਤੁਹਾਡਾ। ਇੱਕ ਵੀ ਜਿਹੜਾ ਸੂਤਰ ਦਾ ਬਿਲਡਿੰਗ ਬਣਾਉਣ ਦੇ ਵਿੱਚ ਇੱਕ ਵੀ ਸੂਤਰ ਦਾ ਫਰਕ ਨਹੀਂ ਰਹੇਗਾ, ਬਿਲਕੁਲ ਸਹੀ ਬਣੇਗੀ। ਆਟੋਮੈਟਿਕ ਹੀ ਜਿਹੜੇ ਆਪਣੇ ਰੂਮ ਬਣਨੇ ਆ ਉਹ ਸੈਟਅਪ ਹੁੰਦੇ ਜਾਣਗੇ ਸਾਰੇ, ਆਟੋਮੈਟਿਕ ਉਹਨਾਂ ਦੀ ਮਿੰਤੀ ਜਿਹੜੀ ਉਹ ਸਹੀ ਆਉਂਦੀ ਜਾਏਗੀ। ਆਪਾਂ ਜਿਹੜੀ ਦੁਆਰ ਦਾ ਗੁਣੀਆਂ ਕੀਤਾ ਹੋਇਆ ਇਸ ਤੋਂ ਸ਼ੁਰੂ ਕਰਾਂਗੇ ਮਿੰਤੀ ਕਰਨੀ ਔਰ ਬਿਲਕੁਲ ਸਹੀ ਆਉਂਦੀ ਜਾਏਗੀ ਆਟੋਮੈਟਿਕ ਹੀ। ਔਰ ਇਹ ਤੁਸੀਂ ਦੇਖ ਰਹੇ ਜੇ 12 ਫਿੱਟ ਔਰ 4 ਫੁੱਟ ਦੀ ਵਿਚਲੀ ਜਿਹੜੀ ਦੂਰੀ ਆ ਉਹ 5 ਫਿੱਟ ਆਉਣੀ ਚਾਹੀਦੀ ਆ, ਔਰ ਉਹ 12 ਫਿੱਟ ਔਰ 9 ਫਿੱਟ ਦੇ ਵਿਚਲੀ ਦੂਰੀ ਜਿਹੜੀ ਆ ਉਹ 15 ਫੁੱਟ ਆਉਣੀ ਚਾਹੀਦੀ ਆ। ਤਾਂ ਹੀ ਸਾਡਾ ਜਿਹੜਾ ਗੁਣੀਆਂ ਵਾ ਉਹ ਪ੍ਰੋਪਰ ਸਹੀ ਰਹੇ ਆਏਗਾ। ਠੀਕ ਆ ਜੀ, ਜਦੋਂ ਵੀ ਕੋਈ ਨਵਾਂ ਕਾਰੀਗਰ ਇਹ ਕੰਮ ਸ਼ੁਰੂ ਕਰਦਾ ਤਾਂ ਸ਼ਾਇਦ ਹੀ ਉਸਨੂੰ ਇਸ ਚੀਜ਼ ਬਾਰੇ ਪਤਾ ਹੋਏਗਾ, ਅਤੇ ਜਿਹੜੇ ਪੁਰਾਣੇ ਕਾਰੀਗਰ ਵਾ ਉਹਨਾਂ ਨੂੰ ਬਿਲਕੁਲ ਇਸ ਚੀਜ਼ ਬਾਰੇ ਕਾਫੀ ਜ਼ਿਆਦਾ ਪਤਾ ਹੁੰਦਾ ਵਾ, ਤਾਂ ਹੀ ਉਹ ਬਿਲਕੁਲ ਸਹੀ ਬਿਲਡਿੰਗ ਬਣਾ ਪਾਉਂਦੇ ਆ। ਸੋ ਇਸ ਦੇ ਬਾਰੇ ਪੂਰੀ ਜਾਣਕਾਰੀ ਆਪਾਂ ਦੇਣ ਦੀ ਜੀ ਕੋਸ਼ਿਸ਼ ਕੀਤੀ ਆ। ਠੀਕ ਆ ਜੀ, ਇਹ ਜਿਹੜੀ ਤੁਸੀਂ ਦੀਵਾਰ ਦੇਖ ਰਹੇ ਸੀ ਮੈਂ ਜੋ ਐਂਗਲ ਬਣਾਇਆ ਹੋਇਆ, ਇਹ ਜਿਹੜੀਆਂ ਸਾਈਡ ਵਾਲੀਆਂ ਇਸ ਦੀਆਂ ਲਾਈਨਾਂ ਵਾ ਇਹ ਦੀਵਾਰ ਹੀ ਤੁਸੀਂ ਇਹਨਾਂ ਨੂੰ ਸਮਝ ਸਕਦੇ ਹੋ। ਠੀਕ ਆ, ਇਹ ਤਾਂ ਹੀ ਪੂਰਾ ਪਤਾ ਤੁਹਾਨੂੰ ਲੱਗ ਚੁੱਕਿਆ 40 ਫਿੱਟ ਹੀ, ਜਿਸ ਤਰ੍ਹਾਂ ਇਹ 40 ਫਿੱਟ ਲਿਖਿਆ ਉੱਪਰ 40 ਫਿੱਟ ਲੰਬੀ ਦੀਵਾਰ ਵਾ, ਔਰ ਇਹ ਜਿਹੜੀ ਹੈ 30 ਫੁੱਟ ਲੰਬੀ ਦੀਵਾਰ ਸੀ ਇਸ ਕੋਰਨਰ ਵਾਲੀ, ਅਤੇ ਇਸ ਦਾ ਮੈਂ ਪ੍ਰੋਪਰ ਹੀ ਐਂਗਲ ਪਹਿਲਾਂ ਹੀ ਬਣਾ ਕੇ ਰੱਖਿਆ ਸੀ। ਉਮੀਦ ਆ ਜੀ ਤੁਹਾਨੂੰ ਇਹਦੀ ਸਮਝ ਲੱਗ ਚੁੱਕੀ ਹੋਏਗੀ, ਆਪਣੇ ਮਾਈਂਡ ਦੇ ਵਿੱਚ ਤੁਸੀਂ ਇਸ ਨੂੰ ਸੈੱਟ ਕਰ ਸਕਦੇ ਹੋ। ਅਤੇ ਜਦੋਂ ਵੀ ਨਵਾਂ ਘਰ ਬਣਾਓ ਤਾਂ ਉਸਦਾ ਇਹਨਾਂ ਗੱਲ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਇਸ ਦਾ ਧਿਆਨ ਰੱਖਿਓ ਗੁਣੀਏ ਦਾ। ਠੀਕ ਆ ਜੀ, ਓਕੇ, ਥੈਂਕ ਯੂ ਵੈਰੀ ਮੱਚ।